बीते दिन पहला पंजाब सरकार दे वल्लों पंजाब विच नौजवानां नूं नशिआं तों बचाउण दे लई खोखिआं तों विकण वाले तंबाकू नूं एक साल दा बैन लगा दित्ता सी ताँ कि होर नौजवानां नूं नशिआं दे सेवन तों बचाया जा सके। इस पाबंदी तों बाद भी तंबाकू दा समान हुण खोखिआं दे नाल नाल करियाने वालीआं दुकानां ते भी ब्लैक दे विच विकण लग पिआ है। ਅਤੇ ਦੁਕਾਨਦਾਰ ਅਤੇ ਨਸ਼ਿਆਂ ਦੀ ਸਮੱਗਰੀ ਦਾ ਕਾਰੋਬਾਰ ਕਰਨ ਵਾਲੇ ਸ਼ਰੇਆਮ ਨੌਜਵਾਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ। ਸਿਗਰਟ ਅਤੇ ਭੰਗ ਦੀਆਂ ਗੋਲੀਆਂ ਦਾ ਇਨਸਾਨ ਦੇ ਸਰੀਰ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ, ਜਿਨ੍ਹਾਂ ਤੋਂ ਬਚਣ ਦੇ ਲਈ ਕੇਂਦਰ ਸਰਕਾਰ ਵੱਲੋਂ ਮੀਡੀਆ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਤਰਨ ਤਾਰਨ ਦੇ ਕੋਕਿਆਂ ਤੇ ਦੁਕਾਨਾਂ ਤੋਂ ਬਲੈਕ ਵਿੱਚ ਵਿਕ ਰਹੇ ਨਸ਼ੇ ਸਮੱਗਰੀ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਤਰਨ ਤਾਰਨ ਦੇ ਪ੍ਰਸ਼ਾਸਨਿਕ ਅਧਿਕਾਰੀ ਕਿੰਨੀ ਮੁਸਤੈਦੀ ਦੇ ਨਾਲ ਇਸ ਮਾਮਲੇ ਨੂੰ ਨਜਿੱਠਣ ਵਿੱਚ ਲੱਗੇ ਹੋਏ ਨੇ। ਇਸ ਸੰਬੰਧੀ ਰੋਸ ਪ੍ਰਗਟ ਕਰਦੇ ਹੋਏ ਸਮਾਜ ਸੇਵੀ ਸਰਦਾਰ ਬਲਦੇਵ ਸਿੰਘ ਪੰਨੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਦਾ ਪਹਿਲਾਂ ਹੀ ਨਸ਼ਿਆਂ ਨੇ ਖੋਖਲੀ ਕਰ ਦਿੱਤੀ ਹੈ ਅਤੇ ਇਹਨਾਂ ਖੋਖਿਆਂ ਤੋਂ ਵਿਕਣ ਵਾਲੀਆਂ ਭੰਗ ਦੀਆਂ ਗੋਲੀਆਂ ਸਭ ਤੋਂ ਖਤਰਨਾਕ ਸਾਬਿਤ ਹੁੰਦੀਆਂ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਸਕੂਲਾਂ ਦੇ ਕੋਲ ਬਣੇ ਖੋਖਿਆਂ ਨੂੰ ਚੁਕਵਾਇਆ ਜਾਵੇ ਅਤੇ ਅਜਿਹੇ ਦੁਕਾਨਦਾਰਾਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਇੰਜੀਨੀਅਰ DPS ਖਰਬੰਦਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜੋ ਆਦੇਸ਼ ਜਾਰੀ ਕੀਤੇ ਨੇ ਉਹਨਾਂ ਆਦੇਸ਼ਾਂ ਦੀ ਇਨ ਬਿਨ ਪਾਲਣਾ ਹੋਵੇਗੀ। ਜੋ ਦੁਕਾਨਦਾਰ ਇਸ ਤਰ੍ਹਾਂ ਦੀ ਕਾਰਵਾਈ ਨੂੰ ਅੰਜਾਮ ਦਿੰਦੇ ਨੇ ਉਹਨਾਂ ਦੁਕਾਨਦਾਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਿਹਤ ਵਿਭਾਗ ਅਤੇ ਡਰੱਗ ਵਿਭਾਗ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਅਤੇ ਜਲਦ ਤੋਂ ਜਲਦ ਸ਼ਹਿਰ ਵਿੱਚ ਵਿਕ ਰਹੇ ਨਸ਼ਾ ਸਮੱਗਰੀ ਨੂੰ ਮੁਕੰਮਲ ਤੌਰ ਤੇ ਬੰਦ ਕਰਵਾਇਆ ਜਾਵੇਗਾ ਅਤੇ ਫੜੇ ਗਏ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਬਲਦੇਵ ਸਿੰਘ ਪੰਨੂ। ਸਰ, ਇੱਕ ਪੰਜਾਬ ਸਰਕਾਰ ਵੱਲੋਂ ਜਿਹੜੇ ਕਿ ਤੰਬਾਕੂ ਆ, ਬੀੜੀ ਆ, ਸਿਗਰਟ ਵਾ, ਇਹਨਾਂ ਉੱਤੇ ਇੱਕ ਸਾਲ ਵਾਸਤੇ ਪਾਬੰਦੀ ਲਗਾਈ ਹੈ, ਤਾਂ ਤੁਸੀਂ ਸਰ ਇੱਕ ਕੀ ਵੇਖਣ ਨੂੰ ਮਿਲਿਆ? ਤੁਹਾਨੂੰ ਇੱਥੇ ਕਿੰਨੀ ਕੁ ਪਾਬੰਦੀ ਦਾ ਅਸਰ ਹੈ ਅਤੇ ਕਿੰਨੇ ਕੁ ਅਫਸਰ ਕੰਮ ਕਰ ਰਹੇ? ਮੈਂ ਜੋ ਇਹ ਸਰਕਾਰ ਨੇ ਪਾਬੰਦੀ ਲਾਈ ਆ ਇੱਕ ਸਾਲ ਵਾਸਤੇ ਬੀੜੀ ਤੰਬਾਕੂ ਆ ਇੱਥੇ ਰੋਜ਼ਾਨਾ ਦੇ ਨਸ਼ਿਆਂ 'ਤੇ, ਮੈਂ ਬਹੁਤ ਉਹਨਾਂ ਦਾ ਸਲਾਹਾ ਕਰਦਾ ਇਸ ਕਦਮ ਦੀ ਜਿਹੜਾ ਉਹਨਾਂ ਪਾਬੰਦੀ ਲਾਈ ਆ। ਪਰ ਸ਼ਹਿਰ ਬਾਜ਼ਾਰ 'ਚ ਆਮ ਫਿਰ ਕੇ ਵੇਖਿਆ ਵਾ ਵੀ ਉਹ ਨਸ਼ੇ ਉਸ ਤਰ੍ਹਾਂ ਹੀ ਖੋਖੇ ਲਾ ਕੇ ਵਿਕੀ ਜਾਂਦੇ ਆ ਅਤੇ ਉਸ ਤਰ੍ਹਾਂ ਹੀ ਲੋਕ ਪੀ ਜਾਂਦੇ ਆ ਅਤੇ ਬਾਜ਼ਾਰਾਂ 'ਚ ਅੱਧੀਆਂ ਅੱਧੀਆਂ ਪੀ ਕੇ ਸਿਗਰਟਾਂ ਵੀ ਸੁੱਟੀ ਜਾਂਦੇ ਆ। ਮਤਲਬ ਤੋਲਾ ਭਰ ਵੀ ਅਸਰ ਜਿਹੜਾ ਵਾ ਨਾ, ਜਿਹਨੂੰ ਆਪਾਂ ਜੀਰੋ ਅਸਰ ਕਹਿ ਦਿੰਦੇ ਹਾਂ, ਉਹਨਾਂ ਵੀ ਇਸ ਪਾਬੰਦੀ ਦਾ ਅਸਰ ਨਹੀਂ ਹੋਇਆ। ਮੈਂ ਪੰਜਾਬ ਸਰਕਾਰ ਤੋਂ ਜਾਂ ਹੇਠਲੇ ਜਿਹੜੇ ਬੈਠੇ ਅਫਸਰ ਇਹਨਾਂ ਤੋਂ ਮੰਗ ਕਰਦਾ, ਜੋ ਸਾਡੇ ਜ਼ਿਲ੍ਹੇ ਦੇ ਅਫਸਰ ਨੇ, ਕਿ ਉਹ ਜਿਹੜੀ ਲਾਈ ਹੋਈ ਪਾਬੰਦੀ ਆ ਉਹ 'ਤੇ ਧਿਆਨ ਦਿੱਤਾ ਜਾਵੇ, ਉਹਨੂੰ ਲਾਗੂ ਕੀਤਾ ਜਾਵੇ ਤਾਂ ਕਿ ਨੌਜਵਾਨ ਪੀੜ੍ਹੀ, ਇਹ ਜਿਹੜੀ ਆਮ ਨਸ਼ੇ ਆ ਨਾ, ਜ਼ਿਆਦਾ ਵਿਕਦੇ ਆ, ਰੋਜ਼ਾਨਾ ਮਿਲੀ ਜਾਂਦੇ ਆ, ਇਹ ਲੋਕ ਪੀ ਕੇ ਅਤੇ ਇਹਨਾਂ ਤੋਂ ਕੈਂਸਰ ਵਰਗੀਆਂ ਬਿਮਾਰੀਆਂ ਹੁੰਦੀਆਂ, ਜਿਹਨਾਂ ਦਾ ਬੋਝ ਵੀ ਮੁੜ ਕੇ ਜਿਹੜਾ ਵਾ ਉਹ ਸਰਕਾਰ 'ਤੇ ਪੈਂਦਾ। ਮੈਂ ਬਹੁਤ ਜ਼ਿਆਦਾ ਇਹ ਸਰਕਾਰ ਦਾ ਸ਼ਲਾਘਾ ਜੋ ਕਦਮ ਆ ਜਿਹੜਾ ਉਹਨਾਂ ਚੁੱਕਿਆ ਵਾ, ਪਰ ਇਹਨੂੰ ਹੁਣ ਲਾਗੂ ਕਰਾਉਣ ਦੇ ਵਿੱਚ ਵੀ ਉਨੀ ਸ਼ਲਾਘਾ ਹੀ ਸਰਕਾਰ ਨੂੰ ਖੱਟਣੀ ਚਾਹੀਦੀ ਅਫਸਰਾਂ ਨੂੰ, ਜਿੰਨਾ ਕਿ ਇਹ ਲਾਉਣ 'ਤੇ ਪਾਬੰਦੀ ਲਾਉਣ 'ਤੇ ਅਸਰ ਹੋਇਆ। ਪਰ ਅੱਗੇ ਅਸਰ ਜਿਹੜਾ ਨਹੀਂ ਮਹਿਸੂਸ ਹੋ ਰਿਹਾ ਗਲੀਆਂ ਬਾਜ਼ਾਰਾਂ 'ਚ, ਇਹਨੂੰ ਤਾਂ ਰੋਕਥਾਮ ਲਾਉਣੀ ਚਾਹੀਦੀ ਜਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ਿਆਂ ਤੋਂ ਬਚ ਸਕੇ, ਆਪਣੀਆਂ ਜ਼ਿੰਦਗੀਆਂ ਬਰਬਾਦ ਹੋਣ ਤੋਂ ਇਹ ਬਚਾ ਸਕੇ। ਬਾਜ਼ਾਰਾਂ ਵਿੱਚ ਮੇਰੇ ਹਿਸਾਬ ਨਾਲ ਤਾਂ ਜਿਸ ਬਾਜ਼ਾਰ 'ਚ ਵੜੀ ਹੈ, ਸ਼ੁਰੂ ਦੇ ਵੀ ਖੋਖਾ ਸੈਂਟਰ ਵੀ ਖੋਖਾ, ਅਖੀਰ 'ਤੇ ਤਿੰਨ ਤਿੰਨ ਚਾਰ ਚਾਰ ਖੋਖੇ ਇੱਕ ਬਾਜ਼ਾਰ 'ਚ ਆ, ਜਿਹੜੇ ਸ਼ਰੇਆਮ ਨਜ਼ਰ ਆਉਣ ਡਿਆ, ਓਹਲੇ ਨਹੀਂ ਵੇਚਣ ਡਿਆ, ਅਤੇ ਕੁਛ ਨਾ ਚ ਇਹੋ ਜਿਹੇ ਜਿਹੜੇ ਆ ਨਾ, ਜਦੋਂ ਓਹਲੇ ਕਰਕੇ ਇਹਨੂੰ ਸਗੋਂ ਬਲੈਕ 'ਚ ਇਹ ਪਾਬੰਦੀ ਲਾਉਣ ਦਾ ਉਲਟਾ ਅਸਰ ਹੋਇਆ ਵੀ ਇਹਨੂੰ ਬਲੈਕ 'ਚ ਵੇਚਣਾ ਲੋਕਾਂ ਸ਼ੁਰੂ ਕਰਤਾ, ਕਿਉਂਕਿ ਜਾ ਕੇ ਅਤੇ ਉਹੋ ਜਿਹੇ ਥਾਵਾਂ ਤੋਂ ਜਿੱਥੇ ਸਾਹਮਣੇ ਨਹੀਂ ਵੀ ਹੁੰਦੇ, ਉੱਥੋਂ ਜਾ ਕੇ ਨੌਜਵਾਨਾਂ ਦੀ ਭੀੜ ਹੈ ਉੱਥੇ ਲੱਗੀ ਹੋਈ ਜਿੱਥੋਂ ਇਹ ਨਸ਼ੇ ਮਿਲਦੇ ਆ। ਇਹ ਤਾਂ ਮਤਲਬ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਆ ਪਾਬੰਦੀ ਜਿਹੜੀ ਲੱਗੀ ਆ, ਇਹਦਾ ਅਸਰ ਜਿਹੜਾ ਉਹ ਇਹ ਹੋਣਾ ਚਾਹੀਦਾ ਵਾ, ਜਿਹੜਾ ਨਾ ਨਸ਼ਾ ਵੇਖ ਸਕੇ ਲੋਕ ਜਿਹੜੇ ਆ ਉਹ ਆਪਣੀਆਂ ਜ਼ਿੰਦਗੀਆਂ ਨੌਜਵਾਨ ਪੀੜ੍ਹੀ ਬਚਾ ਸਕੇ। ਹਰ ਇੱਕ ਜਗ੍ਹਾ 'ਤੇ ਖੋਖੇ ਨੇ, ਸਕੂਲਾਂ ਦੇ ਲਾਗੇ ਵੀ ਨੇ, ਅਤੇ ਇੱਕ ਆ ਸਰ ਇੱਕ ਜਿਹੜਾ ਗੁਟਕਾ ਨਵਾਂ ਚਾਲੂ ਕੀਤਾ, ਇਹਦੇ ਨਾਲ ਬਹੁਤ ਜ਼ਿਆਦਾ ਲੋਕਾਂ ਨੂੰ ਅਸਰ ਹੋ ਰਿਹਾ, ਅਤੇ ਤੁਹਾਡੇ ਤੋਂ ਸਰ ਕੀ ਹਦਾਇਤਾਂ ਨੇ ਅਤੇ ਕਿਸ ਤਰ੍ਹਾਂ ਦੀ ਪਾਬੰਦੀ ਲਗਾਈ ਜਾਏਗੀ? ਦੇਖੋ ਜੀ, ਆਪਣਾ ਕੋਕੀਨ, ਹੈਰੋਇਨ, ਜੋ ਵੀ ਤੰਬਾਕੂ ਵਾਲੀ ਚੀਜ਼ਾਂ ਨੇ, ਟੋਟਲ ਬੈਨ ਨੇ। ਇੱਕ ਤਾਂ ਬੰਦੇ ਨੂੰ ਆਪ ਵੀ, ਆਪਾਂ ਨੂੰ ਚਾਹੀਦਾ ਕਿ ਅਸੀਂ ਐਸੀਆਂ ਚੀਜ਼ਾਂ ਜਿਹੜੀਆਂ ਹਾਨੀਕਾਰਕ ਨੇ, ਅਸੀਂ ਆਪਣੇ ਬੱਚਿਆਂ ਨੂੰ ਆਪ ਗੁਰੇਜ਼ ਕਰੀਏ। ਨੰਬਰ 2, ਕਾਨੂੰਨ ਦਾ ਐਂਗਲ ਅਸੀਂ ਲੈਣਾ। ਮੈਂ ਡਿਊਟੀ ਲਗਾ ਦਿੰਦੀ, ਤੁਸੀਂ ਸਾਡੇ ਨੋਟਿਸ ਲਿਆਉਂਦੇ ਨੇ, ਔਰ ਅਸੀਂ ਜਿਹੜੇ ਡਰੱਗ ਇੰਸਪੈਕਟਰ ਨੇ ਉਹਨਾਂ ਕੋਲ ਛਾਪਾ ਵੀ ਮਾਰਨੇ ਨੇ। ਜਿਹੜਾ ਬੰਦਾ ਕੋਈ ਐਸੇ ਕੰਮ ਕਰਦਾ ਪਕੜਿਆ ਗਿਆ, ਉਹਦੇ ਅਗੇਂਸਟ ਕਾਨੂੰਨੀ ਕਾਰਵਾਈ ਕੀਤੀ ਜਾਏ। ਸਰ, ਇੱਕ ਤੰਬਾਕੂ ਦੀਆਂ ਦੁਕਾਨਾਂ ਬਹੁਤ ਜ਼ਿਆਦਾ ਖੁੱਲ੍ਹ ਗਈਆਂ ਨੇ, ਕੀ ਇਹਨਾਂ ਕੋਲ ਕੋਈ ਪਰਮਿਟ ਹੈਗੇ ਨੇ ਕਿ ਇੰਨੀਆਂ ਦੁਕਾਨਾਂ ਖੋਲ੍ਹ ਕੇ ਬੈਠ ਸਕਦੇ ਨੇ? ਇਹ ਤਾਂ ਜਿਹੜਾ ਬੰਦਾ ਇਸ ਇਹੋ ਜਿਹੇ ਕੰਮਾਂ 'ਚ ਇੰਡਲਜ ਕਰੇਗਾ, ਹੀ ਵਿਲ ਫੇਸ ਦ ਮਿਊਜ਼ਿਕ। ਤਰਨ ਤਾਰਨ ਤੋਂ ਵਿਜੇ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।